ਇਹ ਸਵੇਰੇ 7 ਵਜੇ ਦੇ ਕਰੀਬ 5 ਮਿੰਟ ਦੇ ਕਰੀਬ ਕਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ। ਅਤੇ ਇਹ ਮੁੰਡਾ ਸਾਡਾ ਰਿੰਕੂ ਆ ਸੁਖਚੈਨ ਸਿੰਘ, ਅਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ, ਦੋਵਾਂ ਜਣਿਆਂ ਨੂੰ, ਦੋ ਜਣੇ ਆਏ ਸੀ ਸਿੰਘ ਅਤੇ ਮੋਟਰਸਾਈਕਲ ਦੇ ਉੱਤੇ ਹੀ ਸਪਲੈਂਡਰ ਦੇ ਉੱਤੇ, ਅਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤਾਂ ਇੱਥੇ ਆ ਕੇ ਗੱਲ ਕਰਨ ਲੱਗ ਪਏ। ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ, ਅਸੀਂ ਵੀ ਬਣਾਉਣੀ ਆ ਅਸੀਂ ਫਲਾਂ ਠੀਕ ਆ, ਅਤੇ ਉਹਨੂੰ ਡਾਊਟ ਹੋ ਗਿਆ, ਉਹ ਭੱਜ ਗਿਆ ਗੱਡੀ ਦੇ ਵੱਲੇ ਹੋਇਆ ਮਾੜਾ ਜਿਹਾ, ਅਤੇ ਬਾਅਦ 'ਚ ਉਹਨਾਂ ਨੇ ਪਸਤੌਲ ਰੱਖ ਲਈ ਆ ਗਿੱਚੀ ਦੇ ਵਿੱਚ। ਸੁਖਚੈਨ ਸਿੰਘ ਅਮਰੀਕਾ ਤੋਂ ਪਰਤਿਆ ਜੀ? ਹਾਂਜੀ, ਅਮਰੀਕਾ ਤੋਂ ਹੋ ਗਿਆ, ਥੋੜ੍ਹੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ, ਅਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ, ਅਤੇ ਉਹ 2 ਵਾਰੀ ਗਿਆ ਵੀ ਹੈਗਾ ਬੱਸ ਵਾਪਸੀ, ਅਤੇ ਫਿਰ ਆ ਜਾਂਦਾ ਰਿਹਾ ਕੋਈ 5-10, ਕਿਉਂਕਿ ਬੱਚੇ ਛੋਟੇ ਛੋਟੇ ਨਾ, ਉਹਨਾਂ ਦੀ ਦੇਖ ਕੇ ਗੋਲੀਆਂ ਚੱਲੇ। ਸਮਾਂ ਕਿੰਨੇ ਵਜੇ ਦਾ? 7:05 ਦਾ ਸਮਾਂ ਆ ਸਵੇਰ ਦਾ, ਅਤੇ ਪਰਿਵਾਰ ਦੇ ਵਿੱਚ ਉਦੋਂ ਦੋਵੇਂ ਜੀ ਆਪ ਹੀ, ਅਤੇ ਦੋਵੇਂ ਬੱਚੇ ਅਤੇ ਨਾਲ ਮਾਤਾ ਬਜ਼ੁਰਗ ਸਾਡੀ। ਕਿੰਨੀਆਂ ਗੋਲੀਆਂ ਚੱਲੀਆਂ ਜੀ? ਉਦਾਂ ਤਾਂ 3 ਮਿਲੀਆਂ ਪੁਲਿਸ ਨੂੰ, 2 ਵੱਜੀਆਂ ਕਹਿੰਦੇ। ਸੀਰੀਅਸ ਆ, ਹੁਣ ਹੋਸਪਿਟਲ ਹੀ ਆ। ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ, ਹੋਟਲ ਦਾ ਮਾਮਲਾ ਹੈਗਾ? ਕੋਈ ਨਹੀਂ ਵੀਰ, ਇਹੋ ਜਿਹੀ ਅਜੇ ਤੱਕ ਕੋਈ ਗੱਲ ਨਹੀਂ, ਸਾਨੂੰ ਪਤਾ ਨਹੀਂ ਹੈਗਾ, ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ, ਕੋਈ ਪਤਾ ਨਹੀਂ ਹੈਗਾ। ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਜੀ? ਪੁਲਿਸ ਮੌਕੇ ਤੇ ਕੋਈ ਆ ਗਈ ਸੀ, 7:30 ਆ ਗਈ ਸੀ ਪੁਲਿਸ ਸਾਰੀ। ਕੋਈ ਮਰਸਡੀ ਗੱਡੀ ਦਾ, ਵਾਈਟ ਦਾ ਵੀ ਕਹਿੰਦੇ? ਮਰਸਡੀ ਗੱਡੀ ਇਹੋ ਹੀ ਹੈ, ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ, ਇਹਦੇ ਕਰਕੇ ਨਾ ਕੋਈ ਚੱਕਰ ਨਾ ਅੱਬਲ ਤਾਂ ਇਹੋ ਜਿਹਾ ਕੋਈ ਹੈ ਨਹੀਂ ਚੱਕਰ। ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲੈਨਿੰਗ ਦੇ ਨਾਲ ਹੀ ਉਹਨਾਂ ਨੂੰ ਪਤਾ ਵੀ ਇਹ ਵਾਲੇ ਜਿਮ ਜਾਂਦਾ ਜਾਂ ਕਿੱਦਾਂ ਜਾਂਦਾ, ਕੋਈ ਰੇਕੀ ਕਰਕੇ ਫੇਰ ਕੀਤਾ ਜੀ। ਇਹ ਕਰੀਬ ਸਵੇਰ 7:15 ਦੀ ਗੱਲ ਹੈ ਜੀ। ਇਹ ਸੁਖਚੈਨ ਸਿੰਘ ਹੈ, ਇਹਦੀ ਜਿਹੜੀ ਬੰਦਾ ਵਾ ਫੋਰਨ ਅਮੈਰੀਕਾ ਰਹਿੰਦਾ ਜ਼ਿਆਦਾ, ਹੁਣ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ। ਇਹਦਾ ਇੱਕ ਬ੍ਰਦਰ ਬਾਹਰ ਆ, ਇਹਦੀ ਮਦਰ ਇਹਦੀ ਸੈਕਿੰਡ ਮੈਰਿਜ ਦੇ ਵਿੱਚੋਂ ਵਾਈਫ ਅਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ। ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ, 2 ਬੰਦੇ ਗੇਟ 'ਤੇ ਆਏ ਆ, ਗੇਟ 'ਤੇ ਆ ਕੇ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀ ਦੀ ਆਰ ਸੀ ਵਿਖਾ, ਤੂੰ ਕਿੱਥੋਂ ਲਈ ਆ? ਅਤੇ ਉਹ ਕਹਿੰਦਾ ਵੀ ਤੁਸੀਂ ਕਾਹਦੀ ਆਰ ਸੀ ਕੌਣ ਜੇ? ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ 'ਤੇ ਅੰਦਰ ਲੈ ਗਏ। ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ, ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ। ਫਾਇਰਿੰਗ ਕਰਨ ਦੇ ਵਿੱਚ ਬਾਅਦ 'ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਵੀ ਤਸੱਲੀ ਨਾ ਮਾਰੀਏ, ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ, ਉਹ ਚੱਲਿਆ ਨਹੀਂ, ਉਹ CCTV ਫੁਟੇਜ ਆਉਂਦਾ। ਠੀਕ ਹੈ, ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹੋਸਪਿਟਲ ਉਹਨਾਂ ਦੇ ਨਾਲ ਆ, ਉਹਨਾਂ ਨੂੰ ਹੋਸਪਿਟਲ ਲੈ ਗਏ ਆ, ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ। ਉਹ ਕਿਉਂਕਿ ਉਹਨਾਂ ਦੇ ਜਿਹੜੇ 1-2 ਗੋਲੀਆਂ ਇੱਕ ਸਿਰ 'ਚ ਲੱਗੀ ਆ, ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ, ਅਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ। ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ। ਔਰ ਸਾਡੀ ਜਿਹੜੀ FIR ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲਾ ਦਿੱਤੀ ਆ, ਸਾਡਾ CA ਸਟਾਫ, ਸਾਡਾ SHO ਮਕਬੂਲਪੁਰਾ, ACP ਈਸਟ, ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਫਰੋਤੀ ਵੀ ਮੰਗੀ ਗਈ ਸੀ ਸੁਖਚੈਨ ਸਿੰਘ ਤੋਂ? ਨਹੀਂ ਜੀ, ਸਾਡੇ ਇਹੋ ਜਿਹੀ ਕੋਈ ਗੱਲ ਧਿਆਨ 'ਚ ਨਹੀਂ ਆਈ। ਦੇਖੋ ਨਾ ਸਾਡੇ ਕੋਈ ਇਹਨਾਂ ਰਿਪੋਰਟਿੰਗ ਆ, ਨਾ ਉਹਨਾਂ ਕੋਲ ਦੱਸਿਆ ਹੀ ਆ ਉਹ, ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ। ਉਹਦੇ ਵਿੱਚ ਉਹਦੇ 'ਤੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ FIR ਦਰਜ ਕਰਵਾਈ ਸੀ 2022 'ਚ। ਜਿਹੜੀ ਉਸ FIR ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਏ ਸੀ, ਅਤੇ ਇਕੱਲੀ ਵਾਈਫ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ, ਅਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ 'ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਇਹਨਾਂ ਨੂੰ। ਉਹ ਇਹਦਾ ਅਸੀਂ ਬਸ ਵੱਖ ਵੱਖ ਐਂਗਲਾਂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਅਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀਆਂ ਨੂੰ ਟਰੇਸ ਕਰ ਲਈ। CCTV ਸਾਹਮਣੇ ਆਈ ਸਰ? ਹਾਂ, CCTV ਫੋਟੋ 'ਚ ਆਈ ਜੀ, ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇ ਨੂੰ।